ਦਾ ਗ੍ਰੇਟ ਪੰਜਾਬ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ, ਜੀ ਆਇਆਂ ਨੂੰ ਆਖਦੇ ਆ। ਖਡੂਰ ਸਾਹਿਬ ਲੋਕ ਸਭਾ ਦੀ ਸਭ ਤੋਂ ਚਰਚਿਤ ਸੀਟ ਜਿਹੜੀ ਹੈ, ਉੱਥੇ ਜਥੇਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਇਸ ਵੇਲੇ ਵੱਡੇ ਮਾਰਜਨ ਦੇ ਨਾਲ ਅੱਗੇ ਚੱਲ ਰਹੇ ਹਨ। ਜੀ ਹਾਂ, ਮੈਂ ਕੈਮਰਾਮੈਨ ਸਾਥੀ ਨੂੰ ਬੇਨਤੀ ਕਰਾਂ ਕਿ ਇੱਕ ਵਾਰ ਤਸਵੀਰਾਂ ਜਿਹੜੀਆਂ ਨੇ ਉਹ ਵਿਖਾ ਦਿੱਤੀਆਂ ਜਾਣ, ਜਿੱਥੇ ਕਾਊਂਟਿੰਗ ਹੋ ਰਹੀ ਹੈ ਅਤੇ ਟ੍ਰੈਫਿਕ ਵੀ ਜਿਹੜੀ ਹੈ ਉਹ ਵੀ ਤੁਸੀਂ ਵੇਖ ਸਕਦੇ ਹੋ। ਔਰ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਆਪੋ ਆਪਣੀਆਂ ਪਾਰਟੀਆਂ ਦੇ ਵੱਲੋਂ ਹਾਜ਼ਰੀ ਲਵਾਉਣ ਦੇ ਲਈ, ਪਰ ਇਹ ਜਿਹੜੀ ਸਭ ਤੋਂ ਚਰਚਿਤ ਸੀਟ ਸੀ ਪੰਜਾਬ ਦੀ, ਉੱਥੇ ਜਥੇਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਹੜੇ ਨੇ ਉਹ ਅੱਗੇ ਚੱਲ ਰਹੇ ਨੇ। ਮੇਰੇ ਨਾਲ ਉਹਨਾਂ ਦੇ ਸਮਰਥਕ ਮੌਜੂਦ ਨੇ, ਤਸਵੀਰਾਂ ਵਿਖਾ ਦਿੱਤੀਆਂ ਜਾਣ। ਆਪਣੇ ਹੱਥ ਦੇ ਉੱਪਰ ਬਾਜ਼ ਰੱਖੀ ਖੜੇ ਇਹ ਖਾਲਸੇ ਦੇ ਨੌਜਵਾਨ ਜਿਹੜੇ ਨੇ, ਇਹ ਖਾਲਸਾ ਪੰਥ ਨਾਲ ਜੁੜੇ ਨੌਜਵਾਨ ਜਿਹੜੇ ਨੇ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਜਥੇਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਇੱਥੋਂ ਵੱਡੀ ਲੀਡ ਜਿਹੜੀ ਹੈ ਪ੍ਰਾਪਤ ਕਰ ਚੁੱਕੇ ਨੇ। ਦੂਸਰੇ ਨੰਬਰ 'ਤੇ ਕੁਲਬੀਰ ਸਿੰਘ ਜੀਰਾ ਅਤੇ ਤੀਸਰੇ ਨੰਬਰ 'ਤੇ ਲਾਲਜੀਤ ਸਿੰਘ ਭੁੱਲਰ ਚੱਲ ਰਹੇ ਨੇ। ਸਭ ਤੋਂ ਚਰਚਿਤ ਸੀਟ ਸੀਗੀ, ਮੇਰੇ ਨਾਲ ਬਾਬਾ ਜੀ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਵੇਖਦੇ ਹੋ ਜੋ ਰੁਝਾਨ ਆ ਰਹੇ ਨੇ, ਜੋ ਅੰਦਰੋਂ ਖਬਰਾਂ ਆ ਰਹੀਆਂ ਨੇ? ਦੇਖੋ ਜੀ, 71,000 ਦੀ ਲੀਡ ਭਾਈ ਅੰਮ੍ਰਿਤਪਾਲ ਸਿੰਘ ਜੀ ਲੈ ਕੇ ਜਿਹੜਾ ਵਾ ਇਹ ਫਤਵਾ ਜਿਹੜਾ ਵਾ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਦਿੱਤਾ ਵਾ, ਕਿਉਂਕਿ ਦੂਜੀਆਂ ਪਾਰਟੀਆਂ ਨੇ ਇਹੋ ਜਿਹਾ ਮਾਹੌਲ ਬਣਾ ਦਿੱਤਾ ਸੀ ਕਿ ਹਲਕਾ ਖਡੂਰ ਸਾਹਿਬ ਦੇ ਜਿੰਨੇ ਵੀ ਭੈਣ ਭਰਾ ਨੇ ਸਾਰਿਆਂ ਨੇ ਅੱਗੇ ਆ ਕੇ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦਿੱਤਾ ਵਾ। ਔਰ ਅੱਜ 71,000 ਦੀ ਲੀਡ ਆ, ਔਰ ਅਸੀਂ ਆਸ ਕਰਦੇ ਹਾਂ ਕਿ ਇਹ ਲੀਡ ਕੋਈ 4 ਲੱਖ ਤੋਂ ਉੱਪਰ ਜਿਹੜੀ ਜਾਊਗੀ। ਲੀਡ 71,000 ਦੀ ਹੈ, ਲੇਕਿਨ ਆਪੋਜੀਸ਼ਨ ਦੇ ਬਾਕੀਆਂ ਦੇ ਸਵਾਲ ਵੀ ਵੱਡੇ ਨੇ ਕਿ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਜੀ ਸੰਵਿਧਾਨ ਨੂੰ ਨਹੀਂ ਸੀ ਮੰਨਦੇ, ਹੁਣ ਸਹੁੰ ਵੀ ਉਸੇ ਸੰਵਿਧਾਨ ਦੇ ਤਹਿਤ ਚੱਕੀ ਜਾਵੇਗੀ, ਇਹ ਵੱਡੇ ਸਵਾਲਾਂ ਤੇ ਕੀ ਉੱਤਰ ਰਹਿਣਗੇ? ਦੇਖੋ ਜੀ, ਗੱਲ ਸੰਵਿਧਾਨ ਦੀ ਕਰੀਏ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਸੋਚ ਨੂੰ ਅੱਗੇ ਨਹੀਂ ਲੈਂਦਾ ਗਿਆ ਜਾਂ ਸੱਚ ਨੂੰ ਗੱਲ ਨੂੰ ਤੋੜ ਮਰੋੜ ਕੇ ਅੱਗੇ ਲੈਂਦਾ। ਸੰਵਿਧਾਨ ਦੀ ਗੱਲ ਇਹ ਆ ਕਿ ਬੰਦੀ ਸਿੰਘ ਜਿਹੜੇ ਸਾਡੇ ਜੇਲ੍ਹਾਂ ਦੇ ਵਿੱਚ ਨੇ, ਕਿ ਸਜ਼ਾ ਹੋਈ ਉਹਨਾਂ ਨੂੰ 20 ਸਾਲ ਦੀ, ਤਾਂ 30-30 ਸਾਲ ਹੋ ਗਏ ਉਹਨਾਂ ਜੇਲ੍ਹਾਂ 'ਚ ਬੈਠਿਆਂ। ਸੰਵਿਧਾਨ ਦੀਆਂ ਧੱਜੀਆਂ ਡਾਉਣ ਵਾਲੇ ਸੰਵਿਧਾਨ ਦੀ ਗੱਲ ਕਰਦੇ ਨੇ, ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਕਿਹਾ ਸੀ ਕਿ ਜਿਹੜਾ ਬੰਦਾ ਸੰਵਿਧਾਨ ਦੀਆਂ ਧੱਜੀਆਂ ਡਾਉਂਦਾ ਉਹ ਸੰਵਿਧਾਨ ਨੂੰ ਨਹੀਂ ਮੰਨਦਾ। ਔਰ ਜੇ ਐਸੇ ਸੰਵਿਧਾਨ ਨੂੰ ਤੁਸੀਂ ਰੱਖਣਾ ਕਿ ਨਾ ਰੱਖਿਆ ਸੰਵਿਧਾਨ ਔਰ ਉਹਦੀ ਪਾਲਣਾ ਨਹੀਂ ਕਰਨੀ, ਪਰ ਐਸਾ ਸੰਵਿਧਾਨ ਦਾ ਕੀ ਸਾਨੂੰ ਫਾਇਦਾ? ਇਹ ਗੱਲ ਭਾਈ ਅੰਮ੍ਰਿਤਪਾਲ ਸਿੰਘ ਨੇ ਕੀਤੀ ਸੀ। ਸੰਵਿਧਾਨ ਨੂੰ ਨਾ ਮੰਨਣ ਵਾਲੀ ਕੋਈ ਗੱਲ ਨਹੀਂ, ਸੰਵਿਧਾਨ ਸਾਡੇ ਦੇਸ਼ ਦਾ ਔਰ ਇਹਦੀ ਪਾਲਣਾ ਕਰਨੀ ਸਾਡਾ ਫਰਜ਼ ਬਣਦਾ ਕਿ ਜੇ ਇਹ ਸਾਡੇ ਸੰਵਿਧਾਨ ਦੇ ਸਹੀ ਤਰੀਕੇ ਨਾਲ ਚੱਲੀਏ ਤਾਂ ਸਾਡੇ ਬੰਦੀ ਸਿੰਘ ਅੱਜ ਬਾਹਰ ਹੁੰਦੇ, ਕਿਉਂਕਿ ਉਹ ਵੀ ਮਾਵਾਂ ਦੇ ਪੋਤਾ ਕਿ ਜਿਨ੍ਹਾਂ ਨੂੰ ਸਜ਼ਾ 20 ਸਾਲ ਦੀ ਹੋਈ ਹੈ, 30-30 ਸਾਲ ਹੋ ਗਏ ਜੇਲ੍ਹਾਂ 'ਚ ਬੈਠਿਆ। ਔਰ ਗੱਲ ਸੰਵਿਧਾਨ ਦੀ ਕਰੀਏ ਤਾਂ ਸੰਵਿਧਾਨ ਦਾ ਵਿਰੋਧ ਤਾਂ ਕੀਤਾ ਜਾਂਦਾ ਸੀ ਕਿ ਸੰਵਿਧਾਨ ਦੀਆਂ ਧੱਜੀਆਂ ਡਾਉਣ ਵਾਲੇ ਜਿਹੜੇ ਲੀਡਰ ਨੇ, ਜਿਹੜੇ ਜਿਨ੍ਹਾਂ ਨੇ ਪੰਜਾਬ ਦਾ ਹਮੇਸ਼ਾ ਬੇੜਾ ਹੀ ਗਰਕ ਕੀਤਾ, ਉਹ ਸੰਵਿਧਾਨ ਦੀ ਗੱਲ ਕਰਦੇ ਨੇ, ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀ ਜੀ। ਆਪੋਜੀਸ਼ਨ ਦੇ ਅਤੇ ਲੋਕਾਂ ਦੇ ਵੱਡੇ ਸਵਾਲ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਟੀਮ ਨੂੰ ਇਹ ਵੀ ਵੱਡੇ ਰਹਿਣਗੇ ਕਿ ਆਪਸੀ ਭਾਈਚਾਰਕ ਸਾਂਝ, ਕਿ ਹਿੰਦੂ ਸਾਡੇ ਭਰਾ ਨੇ, ਕਿ ਮੁਸਲਿਮ ਸਾਡੇ ਭਰਾ ਨੇ, ਕਿ ਈਸਾਈ ਸਾਡੇ ਭਰਾ ਨੇ, ਕਿਸ ਤਰੀਕੇ ਦਾ ਜੇ ਖਾਲਸੇ ਦਾ ਆਉਣ ਵਾਲੇ ਸਮੇਂ ਦੇ ਵਿੱਚ ਰਾਜ ਆਉਂਦਾ ਤੇ ਕੀ ਸਾਰੇ ਸੇਫ ਹਨ, ਇਹ ਸਵਾਲ ਨੇ ਵੱਡੇ। ਦੇਖੋ ਜੀ, ਜੇ ਖਾਲਸਾ ਰਾਜ ਦੀ ਗੱਲ ਕਰੀਏ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਸੋਚ ਤੇ ਪਹਿਰਾ ਦੇਣਾ ਆਪਾਂ ਸਾਰਿਆਂ ਨੇ, ਔਰ ਅਸੀਂ ਹਮੇਸ਼ਾ ਆਪਣੀ ਕੌਮ ਦਾ ਇਤਿਹਾਸ ਜਿਹੜਾ ਉਹ ਚੁੱਕਦੇ ਰਹੇ ਹਾਂ। ਔਰ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਵਿੱਚ ਸਭ ਤੋਂ ਵੱਡੀ ਗਿਣਤੀ ਪੰਜਾਬ ਦੇ ਵਿੱਚ ਹਿੰਦੂਆਂ ਦੀ ਸੀ, ਔਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਵੱਡੀ ਗਿਣਤੀ ਹਿੰਦੂਆਂ ਦੀ ਸੀ। ਅੱਜ ਵੀ ਇਹ ਹਿੰਦੂ ਭਾਈਚਾਰਕ ਵੀਰਾਂ ਨੇ ਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦਿੱਤਾ ਵਾ, ਔਰ ਤੁਸੀਂ ਦੇਖਿਆ ਵਾ ਕਿ ਸਾਡੇ ਨਾਲ ਅਸ਼ਵਾ ਖੱਤਰੀ ਵੀਰ, ਇਹ ਵੀ ਹਿੰਦੂ ਵੀਰ ਆ, ਔਰ ਬਹੁਤ ਮਿਹਨਤ ਕੀਤੀ ਇਸ ਹਿੰਦੂ ਵੀਰ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਉਣ ਲਈ। ਹਜ਼ਾਰਾਂ ਹੀ ਹਿੰਦੂ ਪਰਿਵਾਰ ਜਿਹੜੇ ਆ
ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟ ਪਾਈ ਹੈ। ਕਿਉਂ ਪਾਈ ਆ? ਕਿਉਂਕਿ ਨਸ਼ੇ ਤੋਂ ਇੰਨਾ ਦੁਖੀ ਹੋ ਚੁੱਕੇ ਨੇ ਹਲਕਾ ਖਡੂਰ ਸਾਹਿਬ ਦੇ ਲੋਕ, ਉਹਨਾਂ ਨੇ ਨਸ਼ੇ ਤੋਂ ਬਚਣ ਲਈ ਹੀ ਭਾਈ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਸਾਥ ਦਿੱਤਾ ਸੀ। ਇਹਨਾਂ ਪਾਰਟੀਆਂ ਦਾ ਵੱਡਾ ਸਵਾਲ ਕਿ 88-99 ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਅਸੀਂ ਤਰਨ ਤਾਰਨ ਤੋਂ ਜਿਤਾਇਆ, ਉਹ ਨਹੀਂ ਕੁਝ ਕਰ ਪਾਏ, ਭਾਈ ਸਾਹਿਬ ਕੀ ਕਰਨਗੇ? ਭਾਈ ਅੰਮ੍ਰਿਤਪਾਲ ਸਿੰਘ ਇੱਕ ਤੇਜ਼ ਤਰਾਰ ਲੀਡਰ ਆ, ਔਰ ਸਾਡੇ ਹਲਕਾ ਖਡੂਰ ਸਾਹਿਬ ਨੂੰ ਇੱਕ ਐਸਾ ਲੀਡਰ, ਐਸਾ ਨੇਤਾ ਚਾਹੀਦਾ ਸੀ ਕਿ ਜਿਹੜਾ ਕਿਸਾਰ ਇੱਕ ਦੀ ਅੱਖ ਚੱਕ ਪਾ ਕੇ ਗੱਲ ਕਰ ਸਕੇ। ਇੱਕ ਇਮਾਨਦਾਰ ਲੀਡਰ, ਇੱਕ ਇਮਾਨਦਾਰ ਨੇਤਾ ਚਾਹੀਦਾ ਸੀ। ਸੋ ਸਾਨੂੰ ਉਹ ਮਿਲਿਆ ਭਾਈ ਅੰਮ੍ਰਿਤਪਾਲ ਸਿੰਘ ਜੀ ਆਪ ਅੱਗੇ ਹੋ ਕੇ, ਜਦੋਂ ਉਹਨਾਂ ਕੋਲ ਪਾਵਰ ਨਹੀਂ ਸੀ ਤਾਂ ਉਦੋਂ ਉਹਨਾਂ ਨੇ ਬਹੁਤ ਵੱਡੇ ਉਪਰਾਲੇ ਕੀਤੇ ਨਸ਼ਾ ਬੰਦ ਕਰਨ ਵਾਸਤੇ, ਤਾਂ ਹੀ ਤਾਂ ਉਹਨਾਂ ਨੂੰ ਬੰਦ ਕੀਤਾ ਗਿਆ। ਨਸ਼ੇ ਦੇ ਸੌਦਾਗਰ ਮਿਲ ਕੇ, ਨਸ਼ੇ ਦੇ ਜਿਹੜੇ ਵਪਾਰੀ, ਉਹਨਾਂ ਨੇ ਮਿਲ ਕੇ ਇਹ ਸਾਰੀ ਪਲੈਨਿੰਗ ਕੀਤੀ, NSA ਲੱਗੀ ਆ। ਸੋ ਅੱਜ ਸਾਡਾ ਭਾਈ ਅੰਮ੍ਰਿਤਪਾਲ ਸਿੰਘ ਪਾਵਰ 'ਚ ਆ ਜਾਏਗਾ ਤਾਂ ਉਹ ਨਸ਼ੇ ਦੇ ਨਾਲੇ ਹੋਰ ਜਿਹੜੇ ਵੀ ਮੁੱਦੇ, ਜਿਹੜੇ ਕੰਮ ਪਾਰਟੀਆਂ ਕੋਲ ਨਹੀਂ ਹੋਏ, ਉਹ ਕੰਮ ਭਾਈ ਅੰਮ੍ਰਿਤਪਾਲ ਸਿੰਘ ਜੀ ਆਪ ਕਰਾਉਣਗੇ। ਅੱਜ ਬਾਕੀ ਪਾਰਟੀਆਂ ਦਾ ਜੋ ਜਿਸ ਤਰੀਕੇ ਨਾਲ ਲੀਡ ਘਟੀ ਹੈ, ਵੱਡੇ ਦਾਅਵੇ ਜਿਹੜੇ ਕਰਦੇ ਸੀਗੇ ਪਾਰਟੀਆਂ ਵਾਲੇ, ਉਹਨਾਂ ਦੇ ਲਈ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਬਹੁਤ ਵੱਡੀ ਗੱਲ ਆ ਕਿ 100 ਇੱਕ ਕਿਸੇ ਪਾਰਟੀ ਨੂੰ 100 ਸਾਲ ਹੋ ਗਏ, ਕਿਸੇ ਪਾਰਟੀ ਨੂੰ 20 ਸਾਲ ਹੋ ਗਏ, ਤੇ ਉਹ ਪਾਰਟੀਆਂ ਦੇ ਉਹ ਨੁਮਾਇੰਦੇ ਜਿਹੜੇ ਆਪਣੇ ਆਪ ਨੂੰ ਮਾਝੇ ਦੇ ਥੰਮ ਦੱਸਦੇ ਸੀ, ਅੱਜ ਉਹ ਥੰਮ ਹਿਲਾ ਕੇ ਰੱਖ ਦਿੱਤੇ ਆ। ਔਰ ਕਿਲ੍ਹਾ ਜਿਵੇਂ ਜਮਰਾਨ ਦਾ ਕਿਲ੍ਹਾ ਫਤਿਹ ਕੀਤਾ, ਜਿਵੇਂ ਅਸੀਂ ਜੰਗ ਦੇ ਮੈਦਾਨਾਂ 'ਚ ਕਿਲ੍ਹੇ ਫਤਿਹ ਕਰਦੇ ਆਏ ਆ, ਇਹ ਵੀ ਇੱਕ ਹਲਕਾ ਖਡੂਰ ਸਾਹਿਬ ਕਿਲ੍ਹਾ ਸੀ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੇ ਸਾਥ ਦੇ ਕੇ ਹਲਕਾ ਖਡੂਰ ਸਾਹਿਬ ਕਿਲ੍ਹਾ ਜਿਹੜਾ ਅਸੀਂ ਫਤਿਹ ਕਰਨ ਜਾ ਰਹੇ ਹਾਂ। ਪਾਰਟੀਆਂ ਦੇ ਵੱਡੇ ਸਵਾਲ ਕੀ ਹੁਣ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਵੇਖਣ ਨੂੰ ਮਿਲਣਗੇ? ਕੀ ਹੁਣ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਕਿਰਪਾਨਾਂ ਵੇਖਣ ਨੂੰ ਮਿਲਣਗੀਆਂ? ਦੇਖੋ, ਸ਼ਸਤਰਾਂ ਦੀ ਗੱਲ ਤਾਂ ਸਾਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਪ੍ਰਿਥਮ ਭਗਤੀ ਸਿਮਰ ਕੇ, ਸਾਡੀ ਤਾਂ ਸ਼ੁਰੂਆਤ ਹੀ ਭਗਤੀ ਨੂੰ ਸਿਮਰ ਕੇ ਹੁੰਦੀ ਆ ਗੁਰੂ ਘਰਾਂ ਦੇ ਵਿੱਚ, ਤੇ ਅਫਵਾਹਾਂ ਡਾਈ ਜਾ ਜੋ ਮਰਜ਼ੀ ਆ। ਹਥਿਆਰ ਜੇ ਕੋਈ ਸਿੱਖ ਚੁੱਕਦਾ ਵਾ ਤਾਂ ਮਜ਼ਲੂਮਾਂ ਦੀ ਰਾਖੀ ਵਾਸਤੇ, ਹਥਿਆਰ ਜੇ ਕੋਈ ਸਿੱਖ ਚੁੱਕਦਾ ਤਾਂ ਗਊ ਗਰੀਬ ਦੀ ਰਾਖੀ ਵਾਸਤੇ, ਕਿਸੇ ਦਾ ਜ਼ੁਲਮ ਕਰਨ ਲਈ ਨਹੀਂ ਚੁੱਕਦਾ। ਤੇ ਗੱਲ ਹਥਿਆਰਾਂ ਦੀ ਕਰੀਏ ਤਾਂ ਹਥਿਆਰ ਸਿੱਖਾਂ ਕੋਲ ਕਲਮਾਂ ਵੀ ਨੇ, ਤੁਸੀਂ ਪੈਨ ਚੁੱਕਾਂਗੇ, ਕਲਮਾਂ ਚੁੱਕਾਂਗੇ। ਅਸੀਂ ਆਪਣੇ ਪੰਜਾਬ ਦੇ ਹਟਕੜੂਰ ਦੇ ਵਰਕੇ ਦੇ ਹੱਕਾਂ ਦੀ ਗੱਲ ਕਰਾਂਗੇ, ਜਿਹੜੇ ਮੁੱਦਿਆਂ ਦਾ ਸਵਾਲ ਚੁੱਕਿਆ ਸੀ ਉਹ ਮੁੱਦਿਆਂ ਦੇ ਕੰਮ ਕਰਾਂਗੇ। ਔਰ ਹਥਿਆਰਾਂ ਦੀ ਗੱਲ ਕਰੀਏ ਤਾਂ ਦਹਿਸ਼ਤ ਨਹੀਂ ਹੋਣੀ ਚਾਹੀਦੀ, ਸਾਡੇ ਹਿੰਦੂ ਭਰਾ ਨਾਲ ਨੇ। ਜੇ ਹਥਿਆਰਾਂ ਦੀ ਗੱਲ ਹੁੰਦੀ ਤਾਂ ਕਿਸੇ ਹਿੰਦੂ ਭਰਾ ਨੇ ਸਾਥ ਨਹੀਂ ਦੇਣਾ ਸੀ। ਹਿੰਦੂ ਭਰਾ ਭਰੀ ਭਾਤ ਜਾਣਦੇ ਨੇ, ਇਹ ਪਾਰਟੀਆਂ ਜਾਣ ਕੇ ਬਦਨਾਮ ਕਰਦੀਆਂ ਨੇ, ਔਰ ਸਾਡੀ ਸੋਚ ਆ ਕਿ ਅਸੀਂ ਭਾਈਚਾਰਕ ਸਾਂਝ ਬਣਾ ਕੇ ਇੱਕ ਵਧੀਆ ਜਿਹੜੇ ਤਰੀਕੇ ਨਾਲ ਹਲਕਾ ਖਡੂਰ ਸਾਹਿਬ 'ਚ ਕੰਮ ਕੀਤੇ ਜਾਣ। ਬਹੁਤ ਵੱਡਾ ਸਵਾਲ ਹੈ ਕਿ ਪੰਥ ਵਾਸਤੇ ਲੋਕ ਤਾਂ ਇਕੱਠੇ ਹੋ ਗਏ, ਕਿ ਪੰਥ ਜਿਹੜਾ ਹੈ ਉਹ ਆਪਸ 'ਚ ਇਕੱਠਾ ਹੈ? ਜੇਕਰ ਫਰੀਦਕੋਟ ਸੀਟ ਤੋਂ ਗੱਲ ਕੀਤੀ ਜਾਵੇ, ਸਿਮਰਨਜੀਤ ਸਿੰਘ ਮਾਨ ਹੋਣਾ ਨੇ ਆਪਣਾ ਉਮੀਦਵਾਰ ਉਤਾਰਿਆ ਸੀਗਾ ਸਰਬਜੀਤ ਸਿੰਘ ਉਹਨਾਂ ਦੇ ਮੁਕਾਬਲੇ, ਤਾਂ ਬਣਦਾ ਨਹੀਂ ਸੀ ਕਿ ਉਹਨਾਂ ਦਾ ਜਿਹੜਾ ਸਾਥ ਦਿੱਤਾ ਜਾਂਦਾ? ਦੇਖੋ ਜੀ, ਅਸੀਂ ਅਪੀਲਾਂ ਵੀ ਕੀਤੀਆਂ ਸੀ ਸਿਮਰਜੀਤ ਸਿੰਘ ਮਾਨ ਨੂੰ ਕਿ ਜਿੱਥੇ ਕੌਮ ਦੀ ਇੱਜ਼ਤ ਦਾ ਸਵਾਲ ਆ ਜਾਏ, ਕਿਉਂਕਿ ਉੱਥੇ ਵੀ ਸਾਡੀ ਕੌਮ ਦਾ ਉਹ ਬੱਬਰ ਸ਼ੇਰ ਜਿਹਨੇ ਸਾਡੀ ਕੌਮ ਦੀ ਲੱਤੀ ਹੋਈ ਪੱਗ ਸਿਰ ਤੇ ਸਜਾ ਦਿੱਤੀ ਸੀ, ਭਾਈ ਸਰਬਜੀਤ ਸਿੰਘ ਦੇ ਪਿਤਾ ਜੀ ਭਾਈ ਬੇਅੰਤ ਸਿੰਘ ਜੀ, ਤੇ ਜਿਨ੍ਹਾਂ ਨੇ ਸਾਡੀ ਕੌਮ ਦਾ 153 ਦਿਨ ਪੂਰੇ ਹੋਣ ਤੇ ਬਦਲਾ ਲੈ ਲਿਆ ਸੀ। ਸੋ ਐਸੇ ਸੂਰਮੇ ਦਾ ਸਾਥ ਭਾਈ ਸਿਮਰਜੀਤ ਸਿੰਘ ਮਾਨ ਨੂੰ ਦੇਣਾ ਚਾਹੀਦਾ ਸੀ। ਔਰ ਕਿਤੇ ਨਾ ਕਿਤੇ ਅਸੀਂ ਪਾਰਟੀਆਂ ਨੂੰ ਮੁੱਖ ਨਹੀਂ ਰੱਖਣਾ, ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਪਾਰਟੀਆਂ ਤੋਂ ਪਹਿਲਾਂ ਸਾਨੂੰ ਸਾਡਾ ਗੁਰੂ ਸਾਹਿਬ ਆ, ਪਾਰਟੀਆਂ ਤੋਂ ਪਹਿਲਾਂ ਸਾਡੀ ਕੌਮ ਆ, ਸਾਡਾ ਪੰਥ ਆ। ਇਸ ਕਰਕੇ ਅੱਗੇ ਤੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕੀਤੀ ਜਾਵੇ ਕਿ ਪਾਰਟੀਆਂ ਦੇ ਨਾਲ ਨਾਲ ਆਪਣੀ ਕੌਮ ਦੇ ਨਾਲ ਖਲੋਤਾ ਜਾਵੇ। ਦੁਬਾਰਾ ਮੈਂ ਫਿਰ ਤੁਹਾਡੇ ਕੋਲ ਜ਼ਰੂਰ ਆਵਾਂਗਾ। ਦੋਸਤੋ, ਤੁਸੀਂ ਹੱਥ ਦੇ ਵਿੱਚ ਬਾਜ ਵੇਖ ਸਕਦੇ ਹੋ, ਔਰ ਵੀਰ ਸਾਡੇ ਨਾਲ ਮੌਜੂਦ ਹੈ। ਸਭ ਤੋਂ ਪਹਿਲਾਂ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਦੱਸ ਦਿਓ ਜੀ ਆਪਣਾ। ਜੀ, ਨਾਮ ਜੀ ਬੌਂਸਰ ਬਾਬਾ। ਮੈਂ ਭਾਈ ਸਾਹਿਬ ਭਾਈ ਦੀਪ ਸਿੱਧੂ ਨਾਲ ਵੀ ਪਹਿਲਾਂ ਰਿਹਾ ਵਾਂ, ਉਹਨਾਂ ਦੇ ਜਾਣ ਤੋਂ ਬਾਅਦ ਦਲਜੀਤ ਕਲਸੀ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ, ਉਹਨਾਂ ਨੇ ਬੋਡੀਗਾਰਡ ਰੱਖਿਆ ਨਾਲ ਮੈਨੂੰ, ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਕੋਲ ਵੀ ਸੀ ਵੀ ਸਾਡਾ ਕਾਫੀ ਆਉਣਾ ਜਾਣਾ ਸੀ। ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਨਸ਼ਿਆਂ ਦੀ,
ਹੁਣ ਭਾਈ ਸਾਹਿਬ ਇਹਨਾਂ ਨੂੰ ਸਰਕਾਰਾਂ ਨੂੰ ਕਿਉਂ ਚੁੱਭਣ ਲੱਗ ਗਏ? ਇਹ ਦੁਬਈ ਤੋਂ ਆਉਂਦੇ ਨੇ ਆਪਣੇ ਕਾਰੋਬਾਰ ਛੱਡ ਕੇ, ਇਹਨਾਂ ਇਹ ਆਏ ਪੰਜਾਬ ਦੇ ਲਈ। ਹੁਣ ਜੱਲੂਪੁਰ ਭਾਈ ਸਾਹਿਬ ਦੇ ਪਿੰਡ ਕੈਂਪ ਬਣਿਆ ਸੀ, ਮੈਂ ਖੁਦ ਸੇਵਾ ਕੀਤੀ ਆ ਉੱਥੇ। ਉੱਥੇ ਨੌਜਵਾਨ ਜਿਹੜੇ ਜ਼ਿਆਦਾ ਨਸ਼ੇ ਦੀ ਦੰਦਲ 'ਚ ਫਸੇ ਹੋਏ ਸੀ, ਉਹਨਾਂ ਨੂੰ ਕੱਢ ਕੇ ਉਹਨਾਂ ਨੂੰ ਖੁਰਾਕ ਦੇਣੀ, ਉਹਨਾਂ ਦਾ ਨਸ਼ਾ ਛਡਾਉਣਾ, ਕੋਈ ਗਲਤ ਕੰਮ ਨਹੀਂ ਸੀ। ਇਸੇ ਕਰਕੇ ਸਰਕਾਰਾਂ ਨੂੰ ਚੁੱਭਣ ਲੱਗ ਗਏ ਵੀ ਜਿੱਦਾਂ ਪਿੰਡੋ ਪਿੰਡੀ ਸਾਰੀ ਸੰਗਤ ਇਹਨਾਂ ਦਾ ਸਾਥ ਦੇ ਰਹੀ ਹੈ, ਪਿੰਡਰਾਂ ਵਾਲੇ ਵਾਂਗੂ ਕਿਤੇ ਇਹ ਨਾ ਹੋਵੇ ਵੀ ਆਉਣ ਵਾਲੇ ਸਮੇਂ 'ਚ ਭਾਈ ਸਾਹਿਬ ਤੋਂ ਏਕਾ ਹੋ ਜਾਏ ਅਤੇ ਸਾਡੀਆਂ ਪਾਰਟੀਆਂ ਗਿਰ ਜਾਣ। ਪਰ ਗੇਮ ਫਿਰ ਪਹੁੰਚ ਕੇ ਵੋਟਾਂ 'ਤੇ ਆਣ ਖੜੀ ਹੈ। ਜਿਹੜੀ ਗੱਲੋਂ ਸਰਕਾਰਾਂ ਨੂੰ ਡਰ ਸੀ, ਭਾਈ ਸਾਹਿਬ ਨੇ ਕੋਈ ਕਤਲ ਨਹੀਂ ਸੀ ਕੀਤਾ, ਕੋਈ ਇਹੋ ਜਿਹਾ ਕੰਮ ਨਹੀਂ ਸੀ ਕੀਤਾ, ਝੂਠੇ NSA ਲਾ ਕੇ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਜੇਲ੍ਹ ਦੇ ਵਿੱਚ। ਹੁਣ ਜਿੱਦਾਂ ਅੱਜ ਗੱਲ ਕਰੀਏ ਖਡੂਰ ਸਾਹਿਬ ਹਲਕੇ ਦੀ, ਇਹ ਕੋਈ ਇਲੈਕਸ਼ਨ ਨਹੀਂ ਹੈ, ਇੱਕ ਬਹੁਤ ਵੱਡਾ ਕਹਿ ਲਓ ਵੀ ਸੀਗਾ ਮੁੱਦਾ ਸਰਕਾਰਾਂ ਲਈ। ਇੱਥੋਂ ਤੁਸੀਂ ਆਪਾਂ ਅਕਸਰ ਕਹਿੰਦੇ ਰਹਿੰਦੇ ਖਾਲਸਾ ਰਾਜ ਆਏ, ਖਾਲਸਾ ਰਾਜ ਕਿਸੇ ਨੇ ਥੋੜ੍ਹੀ ਦੇ ਕੇ ਜਾਣਾ ਆਪਾਂ ਨੂੰ ਵੀ ਆਹ ਤੁਹਾਡਾ ਖਾਲਸਾ ਰਾਜ ਸਾਡੇ ਕੋਲ ਪਿਆ ਲੈ ਲਓ। ਇਹ ਅੱਜ ਕੋਈ ਇਲੈਕਸ਼ਨ ਨਹੀਂ ਆ, ਇਹ ਕਮਿਸ਼ਨ ਹੀ, ਇੱਥੋਂ ਅੱਜ ਖਾਲਸਾ ਰਾਜ ਦੀ ਸ਼ੁਰੂਆਤ ਹੋ ਚੁੱਕੀ ਹੈ, ਇਹ ਆਪ ਸਭ ਜਾਣਦੇ ਹੋ। ਵੱਡੇ ਵੱਡੇ ਪਾਰਟੀਆਂ ਦੇ ਮੈਦੇ ਅੱਜ ਬੁਰੀ ਤਰ੍ਹਾਂ ਗਿਰ ਕੇ ਪੁੱਠੇ ਪੁੱਠ ਡਿੱਗ ਰਹੇ ਨੇ ਸੜਕ ਦਿੱਤੇ, ਆਪਾਂ ਵੇਖ ਨਹੀਂ ਰਹੇ। ਬਹੁਤ ਵੱਡੀ ਲੀਡ 'ਤੇ ਜਾ ਰਹੇ ਭਾਈ ਸਾਹਿਬ, ਧੰਨਵਾਦ। ਮੈਂ ਫਿਰ ਦੁਬਾਰਾ ਆਵਾਂਗਾ, ਮੇਰੇ ਨਾਲ ਵੀਰ ਜੀ ਮੌਜੂਦ ਨੇ। ਵੀਰ ਜੀ ਤੁਸੀਂ ਹਿੰਦੂ ਪਰਿਵਾਰ ਨਾਲ ਬਿਲੋਂਗ ਕਰਦੇ ਹੋ ਔਰ ਇਸ ਵੇਲੇ ਸਰਦਾਰਾਂ ਦੇ ਵਿੱਚ ਖੜੇ ਹੋ, ਪਰਿਵਾਰ ਨੇ ਜਾਂ ਬਰਾਦਰੀ ਨੇ ਕਦੀ ਇਹ ਨਹੀਂ ਕਿਹਾ ਕਿ ਆਪਾਂ ਤਾਂ BJP ਦੇ ਪੱਕੇ ਸੀ ਜਾਂ ਕਾਂਗਰਸ ਦੇ ਪੱਕੇ ਸੀ? ਨਹੀਂ ਜੀ, ਇਹ ਤਾਂ ਗੱਲਾਂ ਸੁਣਨ ਕਹਿਣ ਵਾਲੀਆਂ ਵਾ ਵੀ BJP ਦੇ ਪੱਕੇ ਸੀ ਜਾਂ ਕਾਂਗਰਸ ਦੇ ਪੱਕੇ ਸੀ, ਤੇ ਇਹ ਆਪਣੇ ਹਿੰਦੂ ਸਿੱਖ ਤੇ ਪਹਿਲਾਂ ਹੀ ਲਾਗੇ ਰਹਿਣੇ, ਠੀਕ ਨੀ, ਹਿੰਦੂ ਸਿੱਖ ਤੇ ਪਹਿਲਾਂ ਹੀ ਭਰਾ ਰਹੇ, ਠੀਕ ਹੈ ਨੀ ਜੀ। ਇਹਨਾਂ ਨੂੰ ਤਾਂ ਪਹਿਲਾਂ ਇਹ ਹਿੰਦੂ ਪਰਿਵਾਰ ਦਾ ਵੱਡਾ ਲੜਕਾ ਸਿੱਖ ਬਣਦਾ ਸੀ, ਠੀਕ ਹੈ ਜੀ, ਖੱਤਰੀ ਪਰਿਵਾਰ ਦਾ। ਮੈਂ ਖੱਤਰੀ ਪਰਿਵਾਰ ਚੋਂ ਹਾਂ ਜੀ, ਮੈਂ ਗੁਰੂ ਨਾਨਕ ਦੇਵ ਜੀ ਦੀ ਕੌਮ ਚੋਂ ਹਾਂ ਜੀ, ਗੁਰੂ ਨਾਨਕ ਦੇਵ ਜੀ ਦਾ ਪੋਤੇ ਹਾਂ ਜੀ, ਠੀਕ ਹੈ ਜੀ। ਕਹਿਣ ਦੀਆਂ ਗੱਲਾਂ ਇਹ ਤੇ ਜਿੰਨੀਆਂ ਮਰਜ਼ੀ ਸੁਣੀ ਜਾਓ, ਇੱਧਰੋਂ ਕੱਢੋ, ਇੱਧਰੋਂ ਸੁਣੋ, ਇੱਧਰੋਂ ਕੱਢੋ, ਠੀਕ ਹੈ। ਇਹ ਮਾੜੀਆਂ ਗੱਲਾਂ, ਜਿਹੜੀਆਂ ਚੰਗੀਆਂ ਗੱਲਾਂ, ਚੰਗੀਆਂ ਗੱਲਾਂ ਨੂੰ ਆਪਾਂ ਅਪਣਾਓ। ਹੁਣ ਭਾਈ ਸਾਹਿਬ ਦੀ ਸੋਚ ਇਹ ਆ ਵੀ ਨਸ਼ੇ ਖਤਮ ਕਰਨੇ, ਜੇ ਭਾਈ ਸਾਹਿਬ ਦੀ ਸੋਚ ਨਾਲ ਤੁਰਿਆ ਜੀ ਮੈਂ, ਠੀਕ ਹੈ ਜੀ, ਮੈਨੂੰ ਇਹ ਕਹਿਣਗੇ ਵੀ ਤੂੰ ਉੱਤੇ ਹਿੰਦੂ ਹੋ ਕੇ ਸਿੱਖਾਂ ਨਾਲ ਤੁਰਿਆ ਵਾ, ਇਹ ਗੱਲ ਨੂੰ ਆਪਾਂ ਗਲਤ ਹਿਸਾਬ ਨਾਲ ਨਹੀਂ ਲੈਣਾ ਕਿ ਹੁਣ ਆਪਾਂ ਚੰਗੀ ਤੇ ਇਹੋ ਆਪਾਂ ਪੋਜ਼ਿਟਿਵ ਗੱਲ ਵੀ ਲੈ ਸਕਦੇ ਹਾਂ। ਹੁਣ ਮੈਂ ਵੀ ਇਹ ਗੱਲ ਕਹਿ ਸਕਦਾ ਕਿ ਮੈਂ ਉਹਨਾਂ ਤਾਂ ਤੁਰਿਆ ਹਾਂ ਕਿ ਉਹਨਾਂ ਨੇ ਨਸ਼ੇ ਦੇ ਵਿੱਚ ਪ੍ਰਬੰਧ ਕੀਤੀ ਹੈ, ਠੀਕ ਹੈ ਜੀ। ਹੁਣ ਜਿਹੜੇ ਮਾੜੇ ਲੀਡਰ ਉਹਨੂੰ ਮਾੜਾ ਕਹਿੰਦੇ ਨੇ ਜੋ ਉਹਨਾਂ ਦੀ ਰਾਜਨੀਤੀ ਨੂੰ ਖਾਂਦਾ ਹੈ, ਤੇ ਇਦਾਂ ਹੀ ਭਾਈ ਅਮਰਪਾਲ ਜੀ ਨੇ 72,000 ਵੋਟ ਤੋਂ ਲੀਡ ਲੈ ਗਏ, 2 ਸਾਡੇ ਧੁਰੰਦਰ ਸੁੱਟਦੇ ਨੇ। ਹੁਣ ਇਹਨਾਂ ਨੇ ਤਾਂ ਕਹਿਣਾ ਹੀ ਹੈ ਜੀ ਭਾਈ ਅਮਰਪਾਲ ਸਿੰਘ ਹੁਣ ਲਿਆਊਗਾ, ਬਦਮਾਸ਼ੀ ਕਰੇਗਾ ਜਾਂ ਹਥਿਆਰਾਂ ਤੇ ਰਾਜ ਕਰਨਗੇ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਮੈਂ ਲਾਸਟ ਵਿੱਚ ਪੁੱਛਣਾ ਚਾਹਾਂਗਾ, ਲਾਲਜੀਤ ਸਿੰਘ ਭੁੱਲਰ ਉਹਨਾਂ ਨੇ ਕਿਹਾ ਸੀ ਕਿ ਜਦੋਂ ਘੜੁੰਮ ਬੰਨ ਟੁੱਟਾ ਸੀ, ਬਾਬੇ ਸਰਿਆਲੀ ਵਾਲੇ ਵੀ ਉੱਥੇ ਸੇਵਾ ਕਰ ਰਹੇ ਸੀ, ਉਦੋਂ ਜਥੇਦਾਰ ਜੀ ਕਿੱਥੇ ਸੀ, ਉਹਨਾਂ ਦੇ ਸਮਰਥਕ ਕਿੱਥੇ ਸਨ? ਦੇਖੋ ਜੀ, ਲਾਲਜੀਤ ਭੁੱਲਰ ਜੀ ਜਿਹੜੇ ਆ, ਦੇਖੋ ਮੇਰੀ ਗੱਲ ਸੁਣੋ, ਜਦੋਂ ਵੱਡਾ ਕੋਈ ਨੇਤਾ ਆਪਾਂ ਕਹਿ ਦਿੰਦੇ ਹਾਂ, ਉਹਨੂੰ ਕਦੀ ਵੀ ਇਹੋ ਜਿਹੇ ਵਚਨ ਨਹੀਂ ਕਰਨੇ ਚਾਹੀਦੇ ਕਿ ਗੱਲ ਕੌਮ ਦੀ ਸੇਵਾ ਦੀ ਕਰੀਏ, ਗੱਲ ਪੰਥ ਦੀ ਸੇਵਾ ਦੀ ਕਰੀਏ। ਤਾਂ ਸਭ ਤੋਂ ਵੱਡੀ ਸੇਵਾ ਭਾਈ ਅੰਮ੍ਰਿਤਪਾਲ ਸਿੰਘ ਨੇ ਕੀਤੀ ਆ ਕਿ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਆ, ਸਾਡੇ ਪੰਜਾਬ ਦੇ ਅੰਮ੍ਰਿਤ। ਉਹਨਾਂ ਨੇ ਕਿਹਾ ਸੀ ਕਿ ਜੇ ਮੈਂ ਮਰ ਵੀ ਜਾਣਾ ਨਾ ਤਾਂ ਮੇਰੇ ਭੋਗ ਦੇ ਉੱਤੇ ਅੰਮ੍ਰਿਤ ਸੰਚਾਰ ਕਰਿਓ। ਐਸੀ ਸੋਚ ਵਾਲਾ ਤੇਜ਼ ਤਰਾਰ ਲੀਡਰ ਸਾਨੂੰ ਕੌਮ ਨੂੰ ਮਿਲਿਆ। ਔਰ ਲਾਲਜੀਤ ਭੁੱਲਰ ਦੇ ਹਰ ਸਵਾਲ ਦਾ ਜਿਹੜਾ ਜਵਾਬ, ਜਦੋਂ ਬੰਨ ਮਾਰੇ ਨੇ ਉੱਥੇ ਨਦੀ ਦੇ ਉੱਤੇ, ਤਾਂ ਉੱਥੇ ਜੇ ਬਾਬਾ ਸਰਿਆਲੀ ਸਾਹਿਬ ਵਾਲੇ ਸੇਵਾ ਪਹੁੰਚੇ ਨੇ, ਸਾਧੂ ਪਹੁੰਚੇ ਨੇ, ਤਾਂ ਉੱਥੇ ਉਹਨੇ ਇੱਕ ਪੋਲਿਟਿਕਸ ਖੇਡਦੇ, ਇੱਕ ਰਾਜਨੀਤੀ ਖੇਡਦੇ ਨੇ। ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਉੱਤੇ ਐਸੇ ਗਲਤ ਸਵਾਲ ਕਰਦੇ ਨੇ ਕਿ ਉਹ ਪਹੁੰਚਿਆ ਨਹੀਂ ਜੀ ਹਰ ਜਗ੍ਹਾ ਦੇ ਉੱਤੇ, ਤੇ ਜਿਹੜੀ ਕੌਮ ਪਹੁੰਚੀ ਜੀ, ਜਿਹੜੇ ਉੱਥੇ ਸੇਵਾਦਾਰ ਪਹੁੰਚੇ ਜੀ, ਉਹ ਸਾਰੀ ਦੀ ਸਾਰੀ ਫੌਜ ਜਿਹੜੀ ਆ ਉਹ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੇ ਹੱਥ ਖੜੇ ਆ, ਇਹ ਸਾਰੇ ਉਹਨਾਂ ਨੂੰ ਪਿਆਰ ਕਰਨ ਵਾਲੇ ਨੇ, ਜਿਹੜੇ ਸੇਵਾ ਕਰ ਰਹੇ ਸੀ, ਜਿਹੜੇ ਲੰਗਰ ਪਹੁੰਚਾ ਰਹੇ ਸੀ, ਉਹ ਸਾਰੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਸੀ। ਸੋ ਅੱਜ ਵੱਡੇ ਵੱਡੇ ਥੰਮ ਜੇ ਡਿੱਗ ਰਹੇ ਨਾ, ਉਹ ਇਸ ਕਰਕੇ ਹੜਬੜਾਹਟ ਚ ਬੋਲ ਰਹੇ ਨੇ ਜੋ ਉਹਨਾਂ ਦੇ ਮੂੰਹ ਚ ਆ ਰਿਹਾ ਜੀ।
ਜੀ ਤੁਸੀਂ ਵੀ ਕੁਛ ਕਹਿਣਾ ਚਾਹੁੰਦੇ? ਤੁਸੀਂ ਜਿੱਦਾਂ ਸਵਾਲ ਕੀਤਾ ਕਿ ਲਾਲਜੀਤ ਭੁੱਲਰ ਨੇ ਇਹ ਗੱਲ ਕਹੀ ਵੀ ਜਦੋਂ ਘੜੋਮਾ ਬੰਨ ਟੁੱਟਾ ਉੱਥੇ ਕੌਣ ਨਹੀਂ ਪਹੁੰਚਿਆ, ਮੈਂ ਬਾਬਾ ਬੌਂਸਰ ਮੇਰੇ ਤੋਂ ਵੀਡੀਓ ਪਈਆਂ ਮੋਬਾਈਲ 'ਚ ਸਾਰਾ ਕੁਛ ਪਹਿਲੇ ਦਿਨ ਤੋਂ ਲੈ ਕੇ ਅੰਗਰੇਜ਼ ਵੀਰ ਜਿਹੜੇ 36 ਵਾਲੇ ਟਿਕਟ ਵਾਲੇ ਜਿੰਨਾ ਬਹੁਤ ਵੱਡੀ ਸੇਵਾ ਨਿਭਾਈ, ਅਸੀਂ ਉਹਨਾਂ ਨਾਲ ਸੇਵਾ ਕਰਦੇ ਸੀ, ਠੀਕ ਹੈ ਜੀ। ਦੂਜੀ ਗੱਲ ਮੈਂ ਦੱਸਾਂ, ਬਾਬਾ ਅਵਤਾਰ ਸਿੰਘ ਜੀ ਸ਼੍ਰੀਮਾਨ ਸੁਰ ਸਿੰਘ ਵਾਲੇ ਵਿਧੀ ਚੰਦੀਏ, ਉਹਨਾਂ ਨੇ ਮੈਸੇਜ ਕੀਤਾ, ਸਾਰੀ ਸੰਗਤ ਬਾਬਾ ਜੀ ਖੁਦ ਗਏ ਹੀ ਗਏ। ਹੁਣ ਮੈਂ ਲਾਲਜੀਤ ਭੁੱਲਰ ਜੀ ਨੂੰ ਇਹ ਅੱਜ ਗੱਲ ਕਹਿ ਰਿਹਾ ਮੀਡੀਆ ਰਾਹੀਂ, ਉੱਥੇ ਮੰਡੀ ਦੇ ਵਿੱਚ ਸੰਗਤਾਂ ਨੇ ਮਿੱਟੀ ਦੀਆਂ ਟਰਾਲੀਆਂ ਸੁੱਟੀਆਂ, ਤੋੜੇ ਭਰੇ, ਠੀਕ ਹੈ ਜੀ। ਅਸੀਂ ਜਦੋਂ ਟਰੈਕਟਰ ਟਰਾਲੀ ਲੈ ਕੇ ਗਿਆ ਪਿੰਡੋਂ, ਲਾਲਜੀਤ ਭੁੱਲਰ ਦੇ ਪੀਏ ਇਹਨਾਂ ਦੇ ਬੰਦੇ ਆ ਗਏ, ਇਹਨਾਂ ਨੇ ਸਾਨੂੰ ਬੋਰੀਆਂ ਨਹੀਂ ਚੱਕਣ ਦਿੱਤੀਆਂ, ਕਹਿੰਦੇ ਜਿਹੜਾ ਆਮ ਪਾਰਟੀ ਦਾ ਲੀਡਰ ਆਏਗਾ ਇਹ ਆਪਣੀ ਉੱਥੇ ਵੀ ਪੋਲੀਟੀਸ਼ੀਅਨ ਦਿਖਾ ਰਹੇ ਸੀ। ਜਦੋਂ ਔਖਾ ਵੇਲਾ ਹੁੰਦਾ ਉਦੋਂ ਪੋਲੀਟੀਸ਼ੀਅਨ ਦਿਖਾਉਂਦਾ ਨਹੀਂ ਹੁੰਦਾ, ਉਦੋਂ ਮੋਢੇ ਨਾਲ ਮੋਢਾ ਲੱਗ ਕੇ ਜੁੜਨਾ ਹੁੰਦਾ ਹੈ। ਇਹਨਾਂ ਨੇ ਬਈ ਸਾਨੂੰ ਮਿੱਟੀ ਦੀਆਂ ਉੱਥੋਂ ਬੋਰੀਆਂ ਨਹੀਂ ਚੱਕਣ ਦਿੱਤੀਆਂ ਕਿ ਜਿਹੜਾ ਆਮ ਪਾਰਟੀ ਦਾ ਲੀਡਰ ਆਏਗਾ ਫਿਰ ਚੁਕਾਏਗਾ। ਯਾਰ ਗਾੜੀ ਪਿੰਡਾਂ ਦੇ ਪਿੰਡ ਰਹੇ ਅਤੇ ਅਸੀਂ ਲੀਡਰ ਥੋੜ੍ਹੀ ਡੀਕਾਂਗੇ। ਅਸੀਂ ਫਿਰ ਉੱਥੋਂ ਮੁੜੇ ਦੂਜੀ ਮੰਡੀ 'ਚ ਗਏ, ਉੱਥੋਂ ਖੁਦ ਮਿੱਟੀ ਦੇ ਅਸੀਂ ਕਈ ਦੇ ਨਾਲ ਬੋਰੀਆਂ ਭਰ ਕੇ ਲੈ ਕੇ ਗਏ। ਉਦਣ ਲਾਲਜੀ ਦੇ ਭੁੱਲਰ ਆਪਣੀ ਚੌਧਰ ਦਿਖਾ ਰਿਹਾ ਵੀ ਜਿਹੜਾ ਆਮ ਪਾਰਟੀ ਦਾ ਲੀਡਰ ਆਏਗਾ ਜਾਂ ਪਿੰਡੋਂ ਸਰਪੰਚ ਆਏਗਾ ਉਹਨੂੰ ਬੋਰੀਆਂ ਦਿਖਾਵਾਂਗੇ, ਵੀਡੀਓ ਪਾਵਾਂਗੇ, ਇਹ ਗੱਲ ਨਹੀਂ ਹੁੰਦੀ। ਅਸੀਂ ਅੰਮ੍ਰਿਤਪਾਲ ਦੇ ਸਾਥੀ ਸਾਂ, ਅਸੀਂ ਲੰਗਰ ਪਕਾ ਕੇ ਵੀ ਪਹੁੰਚ ਰਿਹਾ, ਉੱਥੇ ਸ਼ਹੀਦੀ ਰਗੜੇ ਵੀ ਲੱਗਦੇ ਰਹੇ, ਜੂਸ ਤਾਂ ਕਈ ਠੰਡਿਆਂ ਤੱਕ ਪਹੁੰਚਾਏ ਆ। ਇਹ ਕਿੱਦਾਂ ਕਹਿ ਰਹੇ ਵੀ ਅੰਮ੍ਰਿਤਪਾਲ ਦੇ ਬੰਦੇ ਨੇ? ਮੈਂ ਖੁਦ ਗਵਾਂ ਉੱਥੇ ਨਾਲ ਰਿਹਾ, ਦੀਪ ਸੂਦੂ ਦੇ ਨਾਲ ਰਿਹਾ, ਭਾਈ ਅੰਮ੍ਰਿਤਪਾਲ ਦੇ ਨਾਲ ਵੀ ਰਹਿ ਕੇ ਫਿਰ ਵੀ ਅਸੀਂ ਘੜੋਮ ਬੰਨਦੇ ਐਂਡਲੇ ਦਿਨ ਤੱਕ ਗਏ ਹਾਂ। ਬਾਬਾ ਅਵਤਾਰ ਸਿੰਘ ਜੀ ਵੀ ਉੱਥੇ ਸੇਵਾ ਲੈ ਕੇ ਪਹੁੰਚ ਰਹੇ ਜੀ। ਛੋਟੇ ਲਫ਼ਜ਼ਾਂ ਜਵਾਬ ਦਿਓ, ਆਪਸੀ ਭਾਈਚਾਰਕ ਸਾਂਝ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੀ ਉਹਨਾਂ ਦੇ ਸਾਥੀਆਂ ਵੱਲੋਂ ਬਰਕਰਾਰ ਰੱਖੀ ਜਾਵੇਗੀ? ਦੇਖੋ ਜੀ, ਭਾਈਚਾਰਕ ਸਾਂਝ ਬਹੁਤ ਜ਼ਰੂਰੀ ਆ, ਅਸੀਂ ਆਸ ਕਰਦੇ ਹਾਂ ਔਰ ਸਾਨੂੰ ਯਕੀਨ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਬਹੁਤ ਸੂਝਵਾਨ ਨੇ ਔਰ ਬਹੁਤ ਵਧੀਆ ਤੇ ਵਧੀਆ ਤਰੀਕੇ ਨਾਲ ਉਹ ਕੰਮ ਕਰਨਗੇ। ਭਾਈਚਾਰਕ ਸਾਂਝ ਨੂੰ ਅਸੀਂ ਮੁੱਖ ਰੱਖਾਂਗੇ ਔਰ ਸਾਡੇ ਹਿੰਦੂ ਭਰਾ ਨਾਲ ਨੇ, ਸਾਡੇ ਦੂਜੇ ਧਰਮਾਂ ਦੇ ਸਾਰੇ ਭਰਾ ਨਾਲ ਨੇ ਔਰ ਕਿਸੇ ਵੀ ਧਰਮ ਦੇ ਨਾਲ ਪੱਖਪਾਤ ਨਹੀਂ ਕੀਤਾ ਜਾਊਗਾ। ਸਾਰਿਆਂ ਨੂੰ ਗੱਲਾਂ ਲਾ ਕੇ ਔਰ ਚੜ੍ਹਦੀ ਕਲਾ ਦੇ ਨਾਲ ਜਿਹੜੇ ਮੁੱਦਿਆਂ ਦੀ ਅਸੀਂ ਗੱਲ ਚੁੱਕੀ ਸੀ ਉਹਨਾਂ ਮੁੱਦਿਆਂ ਤੇ ਕੰਮ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਅੰਮ੍ਰਿਤਪਾਲ ਸਿੰਘ ਜੀ ਉਹਨਾਂ ਦੇ ਸਮਰਥਕਾਂ ਦੇ ਨਾਲ ਜਿਹੜੀ ਹੈ ਸਾਡੀ ਗੱਲਬਾਤ ਹੋਈ, ਤਾਂ ਲਗਾਤਾਰ ਲੋਕ ਸਭਾ ਖਡੂਰ ਸਾਹਿਬ ਤੋਂ ਵੱਡੀ ਲੀਡ ਜਿਹੜੀ ਹੈ ਉਹ ਜਥੇਦਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲ ਰਹੀ ਹੈ, ਤਾਂ ਸਮਰਥਕਾਂ ਦੇ ਵਿੱਚ ਖੁਸ਼ੀ ਵੀ ਹੈ। ਲੇਕਿਨ ਘੱਲੂਘਾਰਾ ਨੂੰ ਲੈ ਕੇ, ਘੱਲੂਘਾਰਾ ਦਿਵਸ ਨੂੰ ਲੈ ਕੇ ਕੋਈ ਢੋਲ ਢਮੱਕਾ ਵੀ ਨਹੀਂ ਵਜਾਇਆ ਜਾਵੇਗਾ, ਪਰ ਚਿਹਰਿਆਂ ਦੀ ਮੁਸਕਾਨ ਦੱਸ ਰਹੀ ਹੈ ਕਿ ਨਤੀਜੇ ਜਿਹੜੇ ਨੇ ਉਹ ਇਸ ਵਾਰ ਖਡੂਰ ਸਾਹਿਬ ਲੋਕ ਸਭਾ ਤੋਂ ਬਦਲਦੇ ਦਿਖਾਈ ਦੇ ਰਹੇ ਨੇ ਅਤੇ ਵੱਡਾ ਉਲਟ ਫੇਰ ਵੀ ਜਿਹੜਾ ਹੋਇਆ ਹੈ, ਸਿਆਸੀ ਪਾਰਟੀਆਂ ਨੂੰ ਵੱਡਾ ਝਟਕਾ ਜਿਹੜਾ ਹੈ ਇੱਥੋਂ ਲੱਗਾ ਹੈ। ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ, ਤੁਸੀਂ ਬਣੇ ਰਹੋ ਸਾਡੇ ਨਾਲ। ਕੈਮਰਾਮੈਨ ਸੁੱਖ ਦੇ ਨਾਲ ਮੈਂ ਦਲਜੀਤ ਸਿੰਘ, ਦਾ ਗ੍ਰੇਟ ਪੰਜਾਬ ਨਿਊਜ਼, ਤਰਨ ਤਾਰਨ।